ਜਿੱਥੇ ਇੱਕ ਪਾਸੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਇਆ ਪਿਆ, ਦੀਵਾਲੀ ਦੀਆਂ ਰੌਣਕਾਂ ਸਾਰੇ ਪਾਸੇ ਲੱਗੀਆਂ ਹੋਈਆਂ ਨੇ, ਪਰ ਉੱਥੇ ਹੀ ਆਪਣੀ ਸੁਰੱਖਿਆ ਦਾ ਅਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਵੀ ਰੱਖਣਾ ਲਾਜ਼ਮੀ ਹੋ ਜਾਂਦਾ ਹੈ। ਇਸ ਤਸਵੀਰ ਨੂੰ ਦੇਖ ਕੇ ਜ਼ਰਾ ਤੁਸੀਂ ਅੰਦਾਜ਼ਾ ਲਗਾਓ ਜੋ ਪੰਚਕੂਲਾ ਦੀ ਇੱਕ ਪੋਸ਼ ਸੁਸਾਇਟੀ ਤੋਂ ਸਾਹਮਣੇ ਆਈਆਂ ਨੇ। ਦਰਅਸਲ ਜਿੱਥੇ ਕੱਲ੍ਹ ਧਨਤੇਰਸ ਮਨਾਈ ਗਈ, ਲੋਕਾਂ ਦੇ ਵੱਲੋਂ ਘਰਾਂ ਦੇ ਵਿੱਚ ਦੀਵੇ ਜਗਾਏ ਗਏ, ਪਰ ਉਸੇ ਦੌਰਾਨ ਹੀ ਇਸ ਸੁਸਾਇਟੀ ਦੇ ਵਿੱਚ ਦੀਵੇ ਕਾਰਨ ਇੱਕ ਫਲੈਟ 'ਚ ਭਿਆਨਕ ਅੱਗ ਲੱਗ ਗਈ ਹੈ। ਜੀ ਹਾਂ, ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੈਕਟਰ 20 ਸਥਿਤ ਇੱਕ ਪੋਸ਼ ਸੁਸਾਇਟੀ ਦੀਆਂ, ਜਿੱਥੇ 8ਵੀਂ ਮੰਜ਼ਿਲ 'ਤੇ ਸਥਿਤ ਇੱਕ ਫਲੈਟ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਮੱਚ ਗਈ। ਤਸਵੀਰਾਂ ਦੇ ਜ਼ਰੀਏ ਵੀ ਤੁਸੀਂ ਦੇਖ ਪਾ ਰਹੇ ਹੋਵੋਗੇ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਪਰ ਅੱਗ ਇੰਨੀ ਕੁ ਜ਼ਿਆਦਾ ਫੈਲ ਗਈ ਕਿ ਉਸਨੂੰ ਬੁਝਾਉਣ ਦੇ ਲਈ ਕਈ ਘੰਟੇ ਲੱਗ ਗਏ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚ ਕੇ ਘਰੋਂ ਗੈਸ ਸਿਲੰਡਰ ਬਾਹਰ ਕੱਢਿਆ ਗਿਆ ਤਾਂ ਕਿ ਅੱਗ ਬੁਝਾਉਣ ਦੇ ਵਿੱਚ ਜ਼ਿਆਦਾ ਦਿੱਕਤ ਨਾ ਆਵੇ। ਪਰ ਇਸ ਤਸਵੀਰ ਤੋਂ ਅੰਦਾਜ਼ਾ ਲਾਉਣਾ ਚਾਹੀਦਾ, ਜਿੱਥੇ ਅਸੀਂ ਆਪਣੇ ਘਰ ਦੇ ਵਿੱਚ ਦੀਵੇ ਬਾਲਦੇ ਹਾਂ, ਪਰ ਉੱਥੇ ਹੀ ਸੁਰੱਖਿਆ ਦਾ ਧਿਆਨ ਰੱਖਣਾ ਵੀ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਆਰਾਮ ਕਰੋ।